ਜਿਹੜੇ ਵੀ ਬੁਲਾਰੇ ਬੋਲਦੇ ਨੇ ਕਈ ਵਾਰੀ ਸਾਨੂੰ ਉਹਨਾਂ ਦੀਆਂ ਗੱਲਾਂ ਨੂੰ ਦਰੁਸਤ ਕਰਨਾ ਪੈਂਦਾ। ਮੈਂ ਨਵਾਂ ਕੁਛ ਨਹੀਂ ਕਹਾਂਗਾ। ਜਿਵੇਂ ਇੱਕ ਵੀਰ ਨੇ ਇੱਥੇ ਬੋਲਿਆ ਕਿ ਸਾਨੂੰ ਪਿਛਲੀ ਗੱਲ ਨਹੀਂ ਕਰਨੀ ਚਾਹੀਦੀ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹਨ। ਕਿਸੇ ਵੀ ਸੰਘਰਸ਼ ਦਾ ਤੁਰਨਾ ਚੱਲਣਾ ਵੱਜਣਾ ਜਾਂ ਦੋ ਦੋ ਹੱਥ ਕਰਨੇ ਜਾ ਕੇ ਉਹ ਆਪਣੇ ਵੱਡਿਆਂ ਵਡੇਰਿਆਂ ਤੋਂ ਹੀ ਸਿੱਖਦਾ ਹੈ। ਜਿੰਨਾ ਚਿਰ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਨੰਦੇੜ ਤੱਕ ਦੇ ਸਫ਼ਰ ਦਾ ਜ਼ਿਕਰ ਨਹੀਂ ਕਰਾਂਗੇ, ਜਿੰਨਾ ਚਿਰ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਖਾਲਸੇ ਦੀ ਗੱਲ ਨਹੀਂ ਕਰਾਂਗੇ, ਜਿੰਨਾ ਚਿਰ ਅਸੀਂ ਸਾਡੇ ਨਾਲ ਹੋਏ ਧੱਕਿਆਂ ਦਾ, ਚਾਹੇ ਉਹ 1947 ਚਾਹੇ 1984 ਹੋਵੇ, ਉਹਨਾਂ ਚਿਰ, ਕਿਉਂਕਿ ਪਿੱਛੇ ਦਾ ਇਤਿਹਾਸ ਪੜ੍ਹ ਕੇ ਹੀ ਕੌਮਾਂ ਅੱਗੇ ਵੱਧਦੀਆਂ ਹਨ। ਸੋ ਇਹ ਗੱਲ ਬਿਲਕੁਲ ਮੈਂ ਸਮਝਦਾ ਕਿ ਦਰੁਸਤ ਨਹੀਂ, ਕਿਉਂਕਿ ਇਤਿਹਾਸ ਤੋਂ ਬਿਨਾਂ ਸਾਡਾ ਅੱਗੇ ਵਧਣਾ ਅਸਫਲਤਾ ਵੱਲ ਨੂੰ ਸਾਡੇ ਕਦਮ ਨਹੀਂ ਜਾ ਸਕਦੇ ਜਿੰਨਾ ਚਿਰ ਅਸੀਂ ਇਤਿਹਾਸ ਵੱਲ ਨੂੰ ਨਹੀਂ ਵੱਧਦੇ। ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਨਾ ਕੀਤੀ ਜਾਵੇ ਤਾਂ ਅਸੀਂ ਜ਼ਮੀਨਾਂ ਦੀ ਗੱਲ ਵੀ ਨਹੀਂ ਕਰ ਸਕਦੇ। ਜੇ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਨਹੀਂ ਕਰਦੇ ਤਾਂ ਅਸੀਂ ਆਪਣੇ 'ਤੇ ਹੋਏ ਜ਼ੁਲਮਾਂ ਦੀ ਗੱਲ ਨਹੀਂ ਕਰ ਸਕਦੇ। ਜੇ ਅਸੀਂ ਇਸ ਹਕੂਮਤ ਦੇ ਜ਼ੁਲਮ ਦੀ ਜੇ ਪਿੱਛੇ ਨਾ ਜਾਈਏ ਤਾਂ ਇਸੇ ਮਹੀਨੇ ਦੇ ਵਿੱਚ 1984 ਦੇ ਵਿੱਚ ਸਾਡੀਆਂ ਗਲਾਂ ਦੇ ਵਿੱਚ ਟਾਇਰ ਪਾਏ ਗਏ, ਸਾਡੀਆਂ 10-10 ਸਾਲ ਦੀਆਂ ਧੀਆਂ ਅਤੇ 80-80 ਸਾਲ ਦੀਆਂ ਬਜ਼ੁਰਗ ਮਾਤਾਵਾਂ ਦੇ ਨਾਲ ਬਲਾਤਕਾਰ ਕੀਤੇ। ਇੱਥੋਂ ਦੇ ਲੋਕਾਂ ਨੇ, ਇੱਕ ਖਾਸ ਜਮਾਤ ਨੇ ਸਾਨੂੰ ਨਿਸ਼ਾਨਾ ਬਣਾਇਆ, ਸਾਨੂੰ ਨੇਸ ਤੋਂ ਨਮੂਦ ਕਰਨ ਲਈ ਇਹਨਾਂ ਲੋਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਸੀਂ ਉਹਨਾਂ ਦੀ ਗੱਲ ਕਰਨੋਂ ਕਿਵੇਂ ਰਹਿ ਸਕਦੇ ਹਾਂ? ਅਸੀਂ ਆਪਣਾ ਇਤਿਹਾਸ ਜ਼ਰੂਰ ਦੱਸਾਂਗੇ। ਜਾਗਦੀਆਂ ਕੌਮਾਂ ਤਾਂ ਆਪਣੇ ਨਾਲ ਹੋਏ ਧੱਕਿਆਂ ਨੂੰ ਸ਼ੀਸ਼ਿਆਂ 'ਚ ਜੜ ਕੇ ਰੱਖਦੀਆਂ ਨੇ। ਸਾਡੀ ਬਦਕਿਸਮਤੀ ਹੈ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਉਸੇ ਤਰ੍ਹਾਂ ਉਸਾਰ ਲਿਆ। ਚਾਹੀਦਾ ਤਾਂ ਇਹ ਸੀ ਕਿ ਅਸੀਂ ਢੱਠੇ ਹੋਏ ਅਕਾਲ ਤਖ਼ਤ ਨੂੰ ਸ਼ੀਸ਼ੇ 'ਚ ਜੜਾ ਕੇ ਰੱਖਦੇ ਕਿ ਸਾਡੀ ਕੌਮ ਰਹਿੰਦੀ ਦੁਨੀਆ ਤੱਕ, ਇਸ ਹਿੰਦ ਹਕੂਮਤ ਨੂੰ ਯਾਦ ਰੱਖਦੀ ਕਿ ਇਹ ਹਿੰਦ ਹਕੂਮਤ, ਇਹ ਦਿੱਲੀ ਦੀ ਸਰਕਾਰ ਸਾਡੀ ਕਿੰਨੀ ਦੁਸ਼ਮਣ ਹੈ। ਅਸੀਂ ਇਸ ਮੋਰਚੇ ਤੋਂ ਹਰ ਪਿੰਡ ਦੇ ਨੌਜਵਾਨ ਨੂੰ, ਹਰ ਪੰਜਾਬ ਦੇ ਵਿਸ਼ਿੰਦੇ ਨੂੰ, ਹਰ ਪੰਜਾਬੀ ਨੂੰ, ਹਰ ਦਿੱਲੀ ਦੇ ਹੋਏ ਜ਼ੁਲਮ ਦੀ ਕਹਾਣੀ ਘਰ ਘਰ ਜਾ ਕੇ ਅਸੀਂ ਬਾਤ ਪਾਵਾਂਗੇ ਜੋ ਦਿੱਲੀ ਨੇ ਸਾਡੇ ਨਾਲ ਕੀਤਾ ਹੈ। ਉਹ ਗੱਲ ਅਸੀਂ ਸਾਰਿਆਂ ਦੇ ਦਿਲਾਂ ਦੇ ਵਿੱਚ, ਦਿਮਾਗ ਦੇ ਵਿੱਚ ਜ਼ਰੂਰ ਫਿੱਟ ਕਰਾਂਗੇ ਕਿ ਸਾਡੇ ਨਾਲ ਦਿੱਲੀ ਨੇ ਕੀ ਕੀਤਾ। ਜਿੰਨਾ ਚਿਰ ਅਸੀਂ ਪਿਛਲਾ ਇਤਿਹਾਸ ਆਪਣੀ ਨੌਜਵਾਨੀ ਨੂੰ ਨਹੀਂ ਦੱਸਦੇ ਕਿ ਸਾਡੇ ਨਾਲ ਇਹਨਾਂ ਨੇ ਕੀਤਾ ਕੀ ਹੈ, ਤਾਂ ਫਿਰ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਸਾਡੇ ਦੁਸ਼ਮਣ ਕੌਣ ਨੇ? ਸਾਨੂੰ ਪਤਾ ਹੀ ਉਦੋਂ ਲੱਗੇਗਾ ਕਿ ਦਿੱਲੀ ਸਾਡੀ ਦੁਸ਼ਮਣ ਕਿਵੇਂ ਰਹੀ ਆ, ਦਿੱਲੀ ਨੇ ਸਾਡੇ ਨਾਲ ਹੁਣ ਤੱਕ ਕੀਤਾ ਕੀ ਹੈ। ਦਿੱਲੀ ਦੇ ਵਿੱਚ ਬੇਸ਼ੱਕ ਮੋਦੀ, ਮਨਮੋਹਨ ਸਿੰਘ ਦੂਜਾ, ਤੀਜਾ, ਚੌਥਾ ਕੋਈ ਵੀ ਹੋਏ, ਪ੍ਰਧਾਨ ਮੰਤਰੀ 15ਵਾਂ ਹੋਏ ਜਾਂ 16ਵਾਂ ਹੋਏ, ਦਿੱਲੀ ਦਾ ਇੱਕੋ ਇੱਕ ਪ੍ਰੋਗਰਾਮ ਹੈ ਕਿ ਘੱਟ ਗਿਣਤੀਆਂ ਨੂੰ ਲਤਾੜਨਾ, ਘੱਟ ਗਿਣਤੀਆਂ ਦਾ ਖੂਨ ਪੀਣਾ ਅਤੇ ਉਹਨਾਂ ਦਾ ਖੂਨ ਪੀ ਕੇ ਜਵਾਨ ਹੋਣਾ। ਇਹ ਖੂਨ ਪੀਣੀਆਂ ਜੁੱਕਾਂ ਹਨ। ਦਿੱਲੀ ਦੇ ਤਖ਼ਤ 'ਤੇ ਖਾਲਸੇ ਤੋਂ ਬਿਨਾਂ ਜਿਹੜਾ ਵੀ ਬੈਠਾ ਉਹਨੇ ਜ਼ੁਲਮ ਦੀ ਇੰਤਹਾ ਕੀਤੀ ਹੈ। ਉਹਨੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 80-80 ਸਾਲ ਦੇ ਬਜ਼ੁਰਗਾਂ ਤੱਕ ਵੀ ਨਹੀਂ ਛੱਡੇ। ਸੋ ਅਸੀਂ ਉਸ ਇਤਿਹਾਸ ਦੀ ਬਾਤ ਪਾਣੋਂ ਕਿਵੇਂ ਰਹਿ ਸਕਦੇ ਹਾਂ? ਸੋ ਮੇਰੀਆਂ ਇਹ ਬੇਨਤੀਆਂ ਹਨ ਕਿ ਇਹ ਮੋਰਚੇ ਦੇ ਵਿੱਚ ਘੱਟੋ ਘੱਟ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ, ਮੈਂ ਮਾਫ਼ੀ ਚਾਹਾਂਗਾ ਇਸ ਗੱਲ ਦੀ, ਸਾਡਾ ਦੇਸ਼, ਅਸੀਂ ਇਸ ਦੇਸ਼ ਦੇ ਵਿੱਚ ਕਦੀ ਵਿਸ਼ਵਾਸ ਪ੍ਰਗਟ ਕੀਤਾ ਸੀ, ਸਾਡੇ ਵੱਡਿਆਂ ਨੇ ਇਸ ਕਾਨੂੰਨ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਸੀ, ਪਰ ਸਾਡੇ ਨਾਲ ਇੰਨਾ ਵੱਡਾ ਧੱਕਾ ਕੀਤਾ, ਵਿਸ਼ਵਾਸਘਾਤ ਕੀਤਾ ਸਾਡੇ ਨਾਲ, ਤਾਂ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਕਹਿਣੋਂ ਹਟੇ ਹਾਂ। ਜੇ ਸਾਡਾ ਦੇਸ਼ ਹੁੰਦਾ ਤੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਨਹੀਂ ਸੀ ਕਰਦਾ, ਜੇ ਸਾਡਾ ਦੇਸ਼ ਹੁੰਦਾ ਤੇ ਸਾਡੀਆਂ ਧੀਆਂ ਨਾਲ ਇਹਨਾਂ ਦੀ ਆਰਮੀ ਬਲਾਤਕਾਰ ਨਹੀਂ ਸੀ ਕਰਦੀ, ਜੇ ਸਾਡਾ ਦੇਸ਼ ਹੁੰਦਾ ਤੇ ਪੰਜਾਬ ਨੂੰ ਆਰਮੀ ਵਿੱਚ ਤਬਦੀਲ ਨਹੀਂ ਸਨ ਕਰਦੇ, ਜੇ ਸਾਡਾ ਦੇਸ਼ ਹੁੰਦਾ ਸਾਡੇ ਤੋਂ ਪਾਣੀ ਨਾ ਖੋਂਦੇ, ਜੇ ਸਾਡਾ ਦੇਸ਼ ਹੁੰਦਾ ਤਾਂ ਇਸ ਕਾਨੂੰਨ ਦੇ ਵਿੱਚ ਸਿੱਖਾਂ ਦਾ ਇੱਕ ਨਾਂ ਤਾਂ ਹੁੰਦਾ। ਸਾਡਾ
जिक्र तक नहीं है कि साड़ी कोई कौम भी हैगी आ। बेशक असी जिन्ने मर्जी दम गजे मारीे हिंदुस्तान की इस भारतीय सरकार के कानून के सिखी का कोई नामो निशान नहीं है, सिख कौम वजो दर्द नहीं है। जो आनंद मैरिज एक्ट भी अजे तक नहीं है, असी हिंदू मैरिज एक्ट के थले साडे नौजवान जिहड़ी मैरिजा कराउंदे ने कोर्ट के जाके वह हिंदू मैरिज एक्ट के थले ही हुंदी है। किवें कहीए इहनूं असी अपना देश, जिन्हें साड़ी पत्त लुट ली, जिन्हें साड़ी पग ला ली, जिन्हें साड़े धार्मिक स्थान तक नहीं छड़े, असी इहनूं अपना देश कहण लगे हाँ। अज सानू शर्म आउंदी आ, कदी इह तिरंगा साड़िया भी घरां दे उत्ते झूलदा हुंदा सी, पर अज सानू इस तिरंगे तो नफरत हो गई है कि इहने साडा छड़े ही कख नहीं, हुण साड़ी जमीन ते अख रख ली आ, हुण साड़ी जमीन खून आ गए ने। मैं किसानां नूं इह बेनती करांगा, हर पंजाब दे नौजवान, हर उस अणखीले गभरू नूं मैं बेनती करांगा, उहदे चरणां च उठो, पंजाब दे वारस बनो। पंजाब तुहाडा है, लीडरां दा नहीं, दिल्ली दा नहीं, लटेरियां दा नहीं, पंजाब तुहाडा है, तुसीं पंजाब दे वारस हो। उठो, जागो, जाके अपने हक लवो। वाहिगुरु जी का खालसा, वाहिगुरु जी की फतेह।